ਫਿਰ ਸੱਤ ਦੇ ਵਸਨੀਕ ਨਾਲ ਪੇਟੀਐਮ ਦੇ ਨਾਂ 'ਤੇ ਹੋਇਆ ਫਰਾਡ, ਠੱਗਾਂ ਨੇ ਕਢਾਏ 33,000 ਰੁਪਏ। ਅਵਤਾਰ ਜੀ, ਇਹ ਜਿਹੜਾ ਤੁਹਾਡੇ ਨਾਲ ਇਹ ਪੇਟੀਐਮ ਦੇ ਨਾਂ 'ਤੇ ਫਰਾਡ ਕੀਤਾ ਬੰਦਿਆਂ ਨੇ, ਇਹਦੇ ਬਾਰੇ ਦੱਸੋ ਕੀ ਹੋਇਆ ਸੀਗਾ? ਭਾਅ ਜੀ, ਮੈਨੂੰ ਪਰਸੋਂ ਮੈਸੇਜ ਆਇਆ ਸੀ ਜੀ ਪੇਟੀਐਮ ਵੱਲੋਂ, ਤੁਹਾਡਾ ਕਾਰਡ ਬਲੌਕ ਕਰ ਦੇਣਾ। ਚਲੋ, ਮੈਨੂੰ ਜੋ ਨੰਬਰ ਉਸ 'ਤੇ ਆਇਆ ਕਹਿੰਦਾ ਕਾਲ ਕਰੂੰ, ਮੈਂ ਉਸ ਕਾਲ ਕਰ ਦਿੱਤੀ ਸਵੇਰੇ ਜੀ ਮੋਰਨਿੰਗ। ਕਾਲ ਕਰਨ ਤੋਂ ਬਾਅਦ ਉਹਨਾਂ ਨੇ ਮੈਥੋਂ ਇੱਕ ਐਪਲੀਕੇਸ਼ਨ ਡਾਊਨਲੋਡ ਕਰਵਾਈ, ਕੁਇਕ ਸਪੋਰਟ ਮੈਂ ਕਰ ਦਿੱਤੀ। ਮੇਰੇ ਤੋਂ ਜੋ ਜੋ ਪੁੱਛੀ ਗਈ ਮੈਂ ਦੱਸੀ ਗਿਆ। ਮੇਰਾ ਅੱਧਾ ਘੰਟਾ ਪੌਣਾ ਨੋਰਮਲ ਗੱਲ ਉਹਨਾਂ ਨਾਲ ਹੋਈ ਹੈ ਜੀ। ਬਸ ਤੋਂ ਬਾਅਦ ਉਹਨਾਂ ਨੇ ਮੇਰਾ ਕ੍ਰੈਡਿਟ ਕਾਰਡ ਦੀ, ਡੈਬਿਟ ਕਾਰਡ ਦੀ ਡਿਟੇਲ ਮੰਗੀ ਸਾਰੀ, ਮੈਂ ਦੇ ਦਿੱਤੀ ਜੀ। ਅਤੇ ਉਹ ਟੀ ਵੀ ਨੰਬਰ ਸ਼ੇਅਰ ਕਰਤਾ ਜੀ। ਫਿਰ ਬਾਅਦ 'ਚ ਮੈਨੂੰ ਪਤਾ ਲੱਗਾ ਮੇਰਾ 25,000 ਨਿਕਲ ਗਿਆ ਜੀ। ਫਿਰ ਉਸ ਤੋਂ ਬਾਅਦ ਨਾਲ 8,000 ਨਿਕਲ ਗਿਆ ਜੀ, ਮੇਰਾ ਅਕਾਊਂਟ ਟੋਟਲੀ ਖਾਲੀ ਹੋ ਗਿਆ ਜੀ। ਅਤੇ ਆਪਣਾ ਇਹਨਾਂ ਨੇ ਤੁਹਾਡੇ ਤੋਂ ਓ ਟੀ ਪੀ ਨੰਬਰ ਲਿਆ ਸੀ ਅਖੀਰ 'ਚ? ਹਾਂਜੀ ਹਾਂਜੀ। ਅਤੇ ਇਹਦੀ ਤੁਸੀਂ ਸ਼ਿਕਾਇਤ ਕਰਤੀ ਹੈ ਨਾ ਥਾਣੇ? ਸ਼ਿਕਾਇਤ ਕਰਤੀ ਥਾਣੇ ਗਿਆ ਸੀ, ਉਹਨਾਂ ਮੈਨੂੰ ਸੈਪਰੇਟ ਸੈੱਲ 'ਤੇ ਭੇਜਿਆ ਵੀ ਜਾ ਕੇ ਉੱਥੇ। ਠੀਕ ਠੀਕ ਹੈ ਠੀਕ ਹੈ ਠੀਕ ਹੈ। ਹਾਂਜੀ ਹਾਂਜੀ। ਟਿੰਕੂ ਜੀ, ਦੱਸੋ ਜੀ, ਇਹ ਜਿਹੜੇ ਫਰਾਡ ਹੋ ਰਹੇ ਆ ਬੈਂਕਾਂ ਦੇ ਵਿੱਚ, ਇਹਦੇ ਬਾਰੇ ਦੱਸੋ ਵੀ ਕੀ ਬੰਦਿਆਂ ਨੂੰ ਪ੍ਰੀਕੋਸ਼ਨ ਲੈਣੀ ਚਾਹੀਦੀ ਹੈ? ਭਾਅ ਜੀ, ਸਭ ਤੋਂ ਪਹਿਲਾਂ ਤਾਂ ਜਿਵੇਂ ਅਵਤਾਰ ਜੀ ਹੈਗੇ ਆ, ਇਹ ਆਪਣੇ ਸਾਥੀ ਆਪਣੇ ਪੜੋਸੀ ਹੈਗੇ ਆ, ਅਤੇ ਮੈਨੂੰ ਉਹਨਾਂ ਨੇ ਸਵੇਰੇ ਅਪਰੋਚ ਕੀਤਾ ਕਿ ਟਿੰਕੂ ਜੀ, ਮੇਰੇ ਨਾਲ ਇਸ ਤਰ੍ਹਾਂ ਇਹ ਠੱਗੀ ਦਾ ਸ਼ਿਕਾਰ ਹੋਇਆ ਮੈਂ, ਅਤੇ ਬੜਾ ਦੁੱਖ ਲੱਗਿਆ। ਬਾਕੀ ਕੁਛ ਗਲਤੀ ਆਪਣੇ ਵੀ ਹੁੰਦੀਆਂ, ਜਿਵੇਂ ਇਹਨਾਂ ਦੀ ਇੱਕ ਐਗਜ਼ਾਮਪਲ ਹੈ, ਇੱਕ ਆਪਾਂ ਨੂੰ ਕਿਸੇ ਨੂੰ ਵੀ ਕਿਸੇ ਕਿਸਮ ਦਾ ਓ ਟੀ ਪੀ ਨਹੀਂ ਦੇਣਾ ਚਾਹੀਦਾ, ਤੁਹਾਡੇ ਬੈਂਕ ਵਾਲੇ ਮੰਗਣ ਕੋਈ ਓ ਟੀ ਪੀ ਫੋਨ 'ਤੇ ਨਹੀਂ ਦੇਣਾ ਚਾਹੀਦਾ, ਔਰ ਫੋਨ 'ਤੇ ਵੀ ਵੈਸੇ ਵੀ ਦੇਣਾ ਚਾਹੀਦਾ। ਓ ਟੀ ਪੀ ਦਾ ਇੱਕ ਨੀਰੀ ਠੱਗੀ ਠੋਰੀ ਲੱਗ ਰਹੀ ਆਪਾਂ ਨੂੰ, ਕੋਈ ਵੀ ਬੈਂਕ ਇੰਪਲੋਈ ਮੰਗ ਨਹੀਂ ਸਕਦਾ। ਸਰਕਾਰ ਇੱਕ ਆਪਾਂ ਡਿਜੀਟਲ ਇੰਡੀਆ ਦਾ ਨਾਰਾ ਲਾ ਰਹੇ ਹਾਂ, ਡਿਜੀਟਲ ਇੰਡੀਆ 'ਚ ਜਿਹਦੇ ਪੈਸੇ ਵਾਪਸ ਆ ਜਾਣਗੇ ਕਿ ਇਹਨਾਂ ਦੇ, ਕਿਆ ਆਪ ਉੱਥੇ ਸਟੈਂਡ ਕਰਦੇ ਕਿ ਸਾਡੇ ਜਿਹੜੀ ਆਪਾਂ ਠੱਗੀ ਦੇ ਸ਼ਿਕਾਰ ਹੋ, ਠੱਗੀ ਦੇ ਪੈਸੇ ਵਾਪਸ ਆ ਜਾਣਗੇ? ਮੇਰੇ ਤਾਂ ਇਹੀ ਹੈ ਕਿ ਹੁਣ ਤੁਸੀਂ ਸਵੇਰੇ ਮੈਂ ਇਹਨਾਂ ਨਾਲ ਜਾ ਕੇ ਆਇਆ, ਉੱਥੇ ਥਾਣੇ ਤੋਂ ਵੀ ਜਾ ਕੇ ਆਇਆ, ਉਹਨਾਂ ਨੇ ਇਹੀ ਕਿਹਾ ਸੀ ਕਿ ਆਪਣਾ ਆਪਣਾ ਉੱਧਰ ਸਾਈਬਰ ਸੈੱਲ 'ਚ ਆ ਕੇ ਕਮੈਂਟ ਕਰੋ, ਹੁਣ ਅਸੀਂ ਜਾ ਰਹੇ ਹਾਂ ਸਾਈਬਰ ਸੈੱਲ। ਆਹ ਦੇਖੋ, ਦੋ ਮੈਸੇਜ ਆਇਆ ਜੀ, ਇੱਕ 'ਚ ਇਹਨਾਂ ਨੇ 25,000 ਰੁਪਏ ਵਿਡਰਾਅ ਕੀਤਾ, ਅਤੇ ਇੱਕ ਵਿੱਚ ਇਹਨਾਂ ਨੇ 8,000 ਰੁਪਏ। ਮੈਂ ਟੋਟਲ 33,000 ਦੀ ਠੱਗੀ ਹੋਈ ਹੈ ਜੀ ਸਾਡੇ ਭਾਈ ਨਾਲ। ਇਸ ਨੂੰ ਉਸ ਨੰਬਰ 'ਤੇ ਕਾਲ ਕਰ ਰਹੇ ਹਾਂ ਜੀ। ਕੋਈ ਵੀ ਇਸ ਟਾਈਮ ਫੋਨ ਚੱਕ ਨਹੀਂ ਰਿਹਾ, ਕੋਈ ਜਵਾਬ ਦੇ ਨਹੀਂ ਹੋ ਰਹੀ।